ਸਤਿ ਸ਼੍ਰੀ ਅਕਾਲ FMI ਨਿਊਜ਼ ਵੱਲੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅਸੀਂ ਕੈਨੇਡਾ ਦੇ ਚੈਨਲ ਵਾਈ ਤੇ ਯੂਕੇ ਦੇ ਸੰਗਤ ਟੀਵੀ ਤੇ ਵੀ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬੁਲਟਨ ਦੀ ਸ਼ੁਰੂਆਤ ਕਰਾਂਗੇ ਖਾਸ ਖਬਰਾਂ ਦੇ ਨਾਲ SYL ਨਹਿਰ ਤੇ ਸਿਆਸਤ ਹੋਈ ਹੋਰ ਤੇਜ਼ ਦੋਵੇਂ ਪਾਰਟੀਆਂ ਦੇ ਲੀਡਰ ਆਪੋ ਆਪਣੀ ਸਿਆਸਤ ਚਮਕਾਉਣ ਲਈ ਲੱਗੇ ਨਹਿਰ ਭਰਨ ਲੋਕਾਂ ਨੇ ਪਟਿਆਲਾ ਨੇੜੇ ਨਹਿਰੀ ਜ਼ਮੀਨ ਤੇ ਕਬਜ਼ੇ ਲਈ JCB ਮਸ਼ੀਨਾਂ ਤੇ ਟਰੈਕਟਰ ਨਹਿਰ ਚ ਉਤਾਰੇ ਕਾਂਗਰਸ ਦਾ SYL ਨਹਿਰ ਮਾਮਲੇ ਤੇ ਵਿਧਾਨ ਸਭਾ ਚੋਂ ਵਾਕਆਊਟ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਬਿੱਲ ਤੇ ਰਾਜਪਾਲ ਦੀ ਮੋਹਰ ਨਾ ਲੱਗਣ ਲਈ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ ਹਰਿਆਣਾ ਸਰਕਾਰ ਨੇ ਪੰਜਾਬ ਦੀਆਂ ਕਾਰਵਾਈਆਂ ਨੂੰ ਦੱਸਿਆ ਦੇਸ਼ ਵਿਰੋਧੀ ISIS ਦੇ ਚੰਗਲ ਚੋਂ ਬਚ ਕੇ ਆਏ ਹਰਜੀਤ ਸਿੰਘ ਮਸੀਹ ਨੇ ਫਿਰ ਕੀਤਾ ਦਾਅਵਾ ਕਿਹਾ ਮੈਂ ਬੋਲ ਰਿਹਾ ਹਾਂ ਸੱਚ ਮਰ ਚੁੱਕੇ ਨੇ ਸਾਰੇ 39 ਭਾਰਤੀ ਆਪ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੁਸ਼ਮਾ ਸਵਰਾਜ ਤੇ ਲਾਇਆ ਇਲਜ਼ਾਮ ਕਿਹਾ ਸੁਸ਼ਮਾ ਸਵਰਾਜ ਨੇ ਕੀਤਾ ਹੈ ਸਦਨ ਨੂੰ ਗੁੰਮਰਾਹ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਬੋਲਿਆ ਪ੍ਰਧਾਨ ਮੰਤਰੀ ਤੇ ਹਮਲਾ ਕਿਹਾ ਪ੍ਰਧਾਨ ਮੰਤਰੀ ਸਮਝਦੇ ਨੇ ਸਿਰਫ ਦਬਾਅ ਦੀ ਹੀ ਭਾਸ਼ਾ ਉਧਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਆਪਣੀ ਹੀ ਪਾਰਟੀ ਦੀ ਆਲੋਚਨਾ NDA ਬੋਲਣ ਦੀ ਥਾਂ ਸੋਨੀਆ ਗਾਂਧੀ ਨੇ ਬੋਲਿਆ UPA ਕਿਹਾ 2 ਸਾਲਾਂ ਤੋਂ UPA ਨੇ ਨਹੀਂ ਤੋੜਿਆ ਡੱਕਾ ਪਾਕਿਸਤਾਨ ਬੰਬ ਧਮਾਕੇ ਨਾਲ ਫਿਰ ਦਹਿਲਿਆ ਬੱਸ 'ਚ ਹੋਇਆ ਧਮਾਕਾ 15 ਲੋਕਾਂ ਦੀ ਹੋਈ ਮੌਤ ਧਮਾਕੇ 'ਚ 40 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ ਜ਼ਖਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਸਤਲੁਜ ਯਮੁਨਾ ਲਿੰਕ ਨਹਿਰ ਤੇ ਸਿਆਸਤ ਜਾਰੀ ਹੈ ਮੰਗਲਵਾਰ ਨੂੰ ਪੰਜਾਬ 'ਚ ਕਈ ਥਾਵਾਂ 'ਤੇ ਕਾਂਗਰਸ ਤੇ ਅਕਾਲੀ ਦਲ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਨਹਿਰ ਭਰੀ ਗਈ ਦੋਵੇਂ ਪਾਰਟੀਆਂ ਦੇ ਲੀਡਰ ਨਹਿਰ ਭਰਨ ਲਈ ਵੱਡੇ ਪੱਧਰ 'ਤੇ ਹਿੱਸਾ ਲੈ ਰਹੇ ਨੇ ਸੋਮਵਾਰ ਪੰਜਾਬ ਵਿਧਾਨ ਸਭਾ 'ਚ ਕਿਸਾਨਾਂ ਨੂੰ ਨਹਿਰ ਦੀ ਜ਼ਮੀਨ ਮੋੜਨ ਲਈ ਬਿੱਲ ਪਾਸ ਕੀਤਾ ਗਿਆ ਸੀ ਇਹ 3928 ਏਕੜ ਜ਼ਮੀਨ ਕਿਸਾਨਾਂ ਨੂੰ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ ਇਸ ਬਿੱਲ ਨੂੰ ਪੰਜਾਬ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਕੋਲ ਵੀ ਭੇਜਿਆ ਗਿਆ ਹੈ ਪਰ ਅਜੇ ਤੱਕ ਉਹਨਾਂ ਇਸ 'ਤੇ ਮੋਹਰ ਨਹੀਂ ਲਾਈ ਹੈ ਇਸ ਨਹਿਰ ਸੰਬੰਧੀ ਕੇਸ ਸੁਪਰੀਮ ਕੋਰਟ 'ਚ ਵੀ ਵਿਚਾਰ ਅਧੀਨ ਹੈ ਉਧਰ ਪਟਿਆਲਾ ਦੇ ਕਪੂਰੀ ਪਿੰਡ 'ਚ ਹੋਰ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਆਪਣੀ ਜ਼ਮੀਨ ਦੇ ਕਬਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ ਇਸ ਸਾਰੇ ਮਾਮਲੇ 'ਤੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਉਹਨਾਂ ਇਹ ਵੀ ਕਿਹਾ ਕਿ ਨਹਿਰ ਦੀ ਜ਼ਮੀਨ ਹਰਿਆਣੇ ਦੀ ਪ੍ਰਾਪਰਟੀ ਹੈ ਆਜ ਕੇਜਰੀਵਾਲ ਜੀ ਨੇ ਕਿਹਾ ਹੈ ਕਿ हरियाणा को पानी नहीं देना चाहिए क्योंकि पंजाब के पास पर्याप्त पानी नहीं है तो प्रश्न ये उठता है कि अगर यही बात हम कहें कि दिल्ली को पानी नहीं देना चाहिए क्योंकि हरियाणा के पास पर्याप्त पानी नहीं है तो दिल्ली का क्या होगा क्योंकि दिल्ली के पास तो अपना कुछ भी नहीं है सब कुछ बाहर से आता है बिजली भी बाहर से आती है पानी भी बाहर से आता है सब्जियां भी बाहर से आती हैं दूध भी बाहर से आता है कुछ ताकतें देश को तोड़ना चाहती हैं वो चाहती हैं कि फिर ये देश छोटी छोटी रियासतों में बट जाए हमारा हर प्रदेश अपने आप में स्वयंभू नहीं है हर प्रदेश एक ना दूसरे के ऊपर निर्भर है केरला में नारियल होता है और कश्मीर में वैष्णो देवी पर जाकर चढ़ाया जाता है कोई चीज कहीं होती है कोई चीज कहीं होती है आज पंजाब में बादल साहब कह रहे हैं कि नदी को भर दिया जाए आप कैसे भर सकते हैं वो हमारी प्रॉपर्टी है हमने पैसे दिए हैं उसके आपको उसको भरने का अधिकार नहीं है SYL नहर ते सियासत जारी है पंजाब विधानसभा च कांग्रेस ने सतलुज यमुना लिंक नहर दे मामले ते वॉकआउट कीता अते सरकार खिलाफ नारेबाजी भी कीती कांग्रेस ने पंजाब सरकार ते इल्जाम लगाया कि नहर मामले ते पंजाब सरकार लोकां नूं धोखा दे रही है उन्हां कहा कि हले तक बिल ते राजपाल दी मोहर नहीं लगी है ते सरकार दी नीयत ते वड्डा शक है उन्हां नूं इस तों इलावा SYL नहर ते ही हरियाणा सरकार ने पंजाब दे आगूआं दीआं कारवाईआं नूं मंदभागा दस्सिआ है ਪਾਣੀਆਂ ਦੇ ਮੁੱਦੇ ਤੇ ਪੰਜਾਬ ਅਤੇ ਹਰਿਆਣਾ 'ਚ ਸਿਆਸਤ ਖੂਬ ਪੱਖੀ ਹੋਈ ਹੈ ਬੁੱਧਵਾਰ ਕਾਂਗਰਸ ਨੇ ਬਿੱਲ ਦੀ ਕਾਪੀ ਰਾਜਪਾਲ ਤੱਕ ਨਾ ਪਹੁੰਚਦੀ ਕਰਨ ਲਈ ਜਿੱਥੇ ਇੱਕ ਪਾਸੇ ਪੰਜਾਬ ਵਿਧਾਨ ਸਭਾ 'ਚ ਵਾਕਆਊਟ ਕੀਤਾ ਤਾਂ ਉੱਥੇ ਹੀ ਬਿੱਲ 'ਤੇ ਮੋਹਰ ਨਾ ਲੱਗਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਵਿਰੋਧੀ ਧਿਰ ਨੇਤਾ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਖੁਦ ਨਹਿਰ ਪੁਰ ਕਰਨ ਅਤੇ ਕਬਜ਼ਾ ਕਰਨ ਤੱਕ ਦਾ ਸੱਦਾ ਦੇ ਦਿੱਤਾ SYL ਦੀ ਜ਼ਮੀਨ ਵਾਪਸ ਦੇਣ ਦਾ ਬਿੱਲ ਪਾਸ ਕਰ ਚੁੱਕੀ ਹੈ अकाली दल की सरकार की नीयत खोटी है इसलिए हमने आज मैंने ऐलान किया है पूरी कांग्रेस पार्टी की तरफ से कि जितनी जमीन है वो उसके मालिक हैं जो जितनी SYL के नीचे जमीन है उसके जितने मालिक हैं उस पर पूरा कब्जा कर लें
पंजाब के लोग इकट्ठे होकर इस एस वाई एल नहर को पूर दें और बराबर कर दें ताकि जो बिल पास हुआ है उसको हम लोग खुद ही इंप्लीमेंट कर लें। उथी सरकार तरफ दलजीत सिंह चीमा ने विरोधी धिर वालों किए जा रहे हंगामे नूं बेलोड़ा करार दिता। उन्हें कहा कि सरकार ने जे बिल पास किया तो इस ते गवर्नर की मोहर भी जरूर लगेगी। नहीं हुण सारे गए आ ते कोई माड़ा तो नहीं होया, उहदी गल दी गंभीरता जिहड़ी है वधिया। इस करके गवर्नर साहब ने भी गल कहा कि मैं तुहाडी भावनावां जिहड़ियां हैगियां उह जिहड़ी है तुहाडे आउण करके मैनूं बिल नालों भी वध जिहड़ी है गल दी समझ लगदी है। इस करके एक कॉन्स्टिट्यूशनल अथॉरिटी ने गवर्नर साहब उन्होंने अपना फैसला लेना है तो ऐसी इस तरीके जी अपन पहले एलीगेशन जनिया नहीं शुरू कर देनी चाहिए, वेट करना चाहिए। दिल्ली के मुख्यमंत्री अरविंद केजरीवाल भी एस वाई एल के मुद्दे से हो रही सियासत का हिस्सा बन गए। केजरीवाल ने कहा कि पंजाब को किसी दूजे राज देने लिए कोई वाधू पानी नहीं, कौमांतरी कानून मुताबक पूरे मामले से कार्रवाई होनी चाहिए है। मैं मोटे मोटे तौर पर बता दूँ कि हम एस वाई एल के खिलाफ हैं क्योंकि पंजाब की पानी की जो रिक्वायरमेंट है वो सबसे महत्वपूर्ण है और पंजाब में इस वक्त पानी की कमी है तो हम उसके खिलाफ हैं। उधर हरियाणा के मुख्यमंत्री मनोहर लाल खट्टर ने एस वाई एल मुद्दे से दिल्ली के मुख्यमंत्री अरविंद केजरीवाल के उस बयान से निशाना साधे है जिस उन्होंने पंजाब के कोल वाधू पानी ना होने की गल कही। उन्होंने इस मुद्दे से केजरीवाल को सोच समझ के बोलने तक की नसीहत दे दी। बहुत ही दुर्भाग्यपूर्ण है और उनको तो कम से कम न्यूट्रल रहना चाहिए था क्योंकि जिस विषय में हम फंसे हैं उस विषय में वो भी अपने आप में फंसे हुए हैं। उनका भी पानी का अपना स्रोत नहीं है, वो भी पानी के प्रांतों के स्रोत से ही लेकर के आते हैं, इसलिए ये जो कैरियर पानी का जो कैरियर है ये सुरक्षित रहना चाहिए दूसरे प्रांतों में। जैसे हमारा कैरियर पंजाब में सुरक्षित रहना चाहिए, उनका कैरियर पंजाब और हरियाणा दोनों में सुरक्षित रहना चाहिए, तो उनको जरा सोच समझ के बोलना चाहिए। फिलहाल पानिया के मुद्दे से सूबे की हरेक पार्टी अपनी सियासत चमकाउण च लगी हुई है, एक तो अगे हो के सेरा अपने पार्टी के सिर बनन की भी होड़ लगी हुई है। ब्यूरो रिपोर्ट, फ्री मीडिया। बुधवार आम आदमी पार्टी के सीनियर नेता संजय सिंह, सुच्चा सिंह छोटेपुर ते हिम्मत सिंह शेरगिल ने बजट दे एस वाई एल मुद्दे ते सरकार नू घेरन की कोशिश की। संजय सिंह ने जिथे पंजाब की सरकार नू कर्जिया सहारे चलन वाली सरकार दस्या ता हिम्मत सिंह शेरगिल ने एस वाई एल दे मुद्दे ते सरकार ते निशाने साधे। प्रकाश सिंह बादल को ये बजट जरूर अच्छा लगेगा, सुखबीर बादल को भी अच्छा लगेगा, विक्रम मजीठिया को भी अच्छा लगेगा। सवाल यह है कि पंजाब की जनता को अच्छा लग रहा है कि नहीं लग रहा है, पंजाब के किसानों और नौजवानों को लग रहा है कि नहीं लग रहा है, आप पंजाब के लोगों से पूछ लीजिए। एक घाटे का बजट प्रस्तुत किया है, 50,000 करोड़ की आमदनी, 58,000 करोड़ रुपए का खर्चा, यानी पंजाब के लोगों को फिर साफ समझ में आ रहा है कि अगले कर्ज लेने की तैयारी है। इस सरकार के बारे में जो CAG की रिपोर्ट आई है वो चौंकाने वाली है कि सरकार की जो पूरी आमदनी है और जो कर्जा लेते हैं कभी जेल बेच के, कभी आश्रम बेच के, कभी अनाथालय बेच के, उस कर्जे का और टोटल आमदनी का 70% सिर्फ और सिर्फ बैंक का कर्जा और उसका ब्याज चुकाने में जाता है, तो ये किस प्रकार का बजट है। बीते दिन सदन च विदेश मंत्री सुषमा स्वराज ने इराक च लापता हुए 39 भारतीयों के जिंदा होने का दावा करने के नाल नाल सारे घटनाक्रम च मुल्क परतियां ते मामले दा इक्को एक जिंदा प्रत्यक्षदर्शी हरजीत मसीह दियां गल्लां ते विश्वास ना करन बारे कहा सी ते दावा कीता सी कि 39 भारती जिंदा ने ते सरकार छेती ही उन्हां नूं मुल्क वापस लेके आएगी, जिस तों बाद बुधवार आम आदमी पार्टी नेता सुखपाल सिंह खैरा ने हरजीत मसीह नूं मीडिया सामने लियांदा अते सुषमा स्वराज ते इल्जाम लगाया कि उन्हां ने सदन ते मुल्क नूं गुमराह कीता है, जेकर भारती जिंदा ने तो उन्हां बारे पौने 2 साल का समा लंघ जाने के बावजूद भी उकसुक सरकार कोल क्यों नहीं है। मैं उनको चुनौती दे रहा हूं कि अगर सुषमा स्वराज जी बोल रहे हैं पार्लियामेंट में बोल रहे हैं कि जो होस्टेजेस थे इराक में आज से पौने 2 साल पहले अगर वो जीवित हैं तो कम से कम उनके परिवारों को या हमारे मुल्क के बाशिंदों को फॉरेन मिनिस्टर ये बताए ना कि वो कहाँ हैं। जब उन्होंने लोगों ने गोली चलानी शुरू की तो मैं तो वहाँ लेट गया था ज़मीन पे, मुझे तो गोली लगी नहीं लेकिन वो जो सब आदमी को मार दिया उन लोगों ने। सो उस तो बाद थोड़े किसी को हिलाने की चलाने की कोशिश की कि उत्थे की है जो थोड़े नाल दे थे साथियों की भाल करने की कोशिश की। नहीं सर, मैंने तो मतलब आवाज़ दी है, किसी को हिला हिला के नहीं देखा मैंने, कोई है जा नहीं है, बस ओनली मैंने आवाज़ दी उन लोगों को भी
किसी ने आवाज नहीं दी, वह फिर वहां से मैं भाग गया। तो फिर उस तो बाद थोनू सुरक्षित किवें निकले उत्थों, तुसी किवें इंडिया तक आए? सर वहां तो मैं ऐसे मैं तो पहले भी बता चुका हूं आपको पहले सारी स्टोरी, तो थोड़ा शॉर्ट में बता रहा हूं कि वहां ऐसे जूट जाट बोल के मैं वहां से निकला कि मैं बांग्लादेशी हूं, ऐसे ऐसे आया हूं। तो उन लोगों बांग्लादेशी के साथ फिर मैं अपने एयरबिल पहुंचा, तो एयरबिल मेरा थोड़ा फिर कंटेक्ट हुआ दूसरे एम्बेसी से, तो फिर उन लोगों ने मुझे जहां पहुंचाया इंडिया। राज्यसभा च गुरुद्वारा सोध बिल 2016 सर्वसम्मति नाल बिल पास हो गया है। इस बिल च सहजधारी सिखां दे वोट दे अधिकार नूं खत्म करन दी तजवीज़ शामिल है। इस बिल दे पास होण नाल हुण SGPC चोणां च सहजधारी सिख वोट नहीं पा सकणगे। गृह मंत्री राजनाथ सिंह ने राज्यसभा च सिख गुरुद्वारा सोध बिल 2016 पास किया। दस दिए कि केंद्रीय मंत्री मंडल ने कुछ दिन पहला ही सिख गुरुद्वारा कानून 1925 च सोध दे प्रस्ताव नूं मंजूरी दित्ती सी। मैं उहदी वधाई देना चाहवांगा सारे हाउस नूं, पर मैं समझदा कि इह बहुत ही अहम मुद्दा सी जिहड़ा सिख पंथ नाल जुड़िया और उहदे विच कामयाब होए हैं और हाउस ने, क्योंकि लोग सभा दे विच ते मेजोरिटी सीगी NDA दी लेकिन राज्यसभा च नहीं सी, इहदा मतलब है कि UPA दे घटक दलां ने भी साडी सपोर्ट कीती, असीं उहनां दे धन्नवादी हां, वेलकम करदे हां। ਪੰਜਾਬ 'ਚ ਕਿਸਾਨ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ। ਹੁਣ ਤਾਜ਼ਾ ਮਾਮਲੇ 'ਚ ਬਟਾਲਾ ਦੇ ਕੋਲ ਪਿੰਡ ਦਮੋਦਰ 'ਚ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਕਰ ਲਈ। ਕਿਸਾਨ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਦੇ ਸਿਰ ਕਰੀਬ 1.5 ਲੱਖ ਰੁਪਏ ਦਾ ਕਰਜ਼ਾ ਹੈ। ਉਹਨਾਂ ਦੱਸਿਆ ਕਿ ਬੈਂਕਾਂ ਨੇ ਕਿਸਾਨ ਖਿਲਾਫ਼ ਕੇਸ ਕਰ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਕਿਸਾਨ ਰਣਜੀਤ ਸਿੰਘ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਜਿਸ ਤੋਂ ਤੰਗ ਆ ਕੇ ਰਣਜੀਤ ਸਿੰਘ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ 3 ਕੁੜੀਆਂ ਦਾ ਪਿਤਾ ਸੀ। ਪੰਜਾਬ 'ਚ ਆਏ ਦਿਨ ਵਾਪਰ ਰਹੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਘਟਨਾਵਾਂ 'ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚਿੰਤਾ ਜਤਾਈ ਹੈ। ਗਿਆਨੀ ਗੁਰਬਚਨ ਸਿੰਘ ਨੇ ਇਹਨਾਂ ਘਟਨਾਵਾਂ ਪਿੱਛੇ ਕਿਸੇ ਵੱਡੀ ਸਾਜਿਸ਼ ਦਾ ਸ਼ੱਕ ਜਤਾਇਆ ਹੈ। ਉਹਨਾਂ ਗੁਰਦੁਆਰਾ ਕਮੇਟੀਆਂ ਅਤੇ ਗ੍ਰੰਥੀ ਸਿੰਘਾਂ ਨੂੰ ਤਾਕੀਦ ਕੀਤੀ ਹੈ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਫਾਜ਼ਤ ਲਈ ਆਪਣੇ ਫਰਜ਼ ਨੂੰ ਤਨਦੇਹੀ ਨਾਲ ਨਿਭਾਉਣ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਇਹ ਰੁਕਣ ਵਿੱਚ ਨਹੀਂ ਆ ਰਹੀਆਂ, ਅਜੇ ਪਹਿਲੇ ਕੇਸਾਂ ਦੀ ਨਿਸ਼ਾਨਦੇਹੀ ਹੋ ਰਹੀ ਹੈ, ਅਜੇ ਉਹ ਦੁਸ਼ਟ ਸਾਹਮਣੇ ਨਹੀਂ ਆਏ। ਕੁਝ ਦਿਨ ਅਮਨ ਸ਼ਾਂਤੀ ਰਹਿਣ ਤੋਂ ਬਾਅਦ ਹੁਣ ਇਹ ਘਟਨਾਵਾਂ ਫਿਰ ਸ਼ੁਰੂ ਹੋ ਗਈਆਂ ਹਨ, ਅਤੇ ਇਹਦਾ ਭਾਵ ਸਪਸ਼ਟ ਹੈ ਕਿ ਇਹਦੇ ਮਗਰ ਕੋਈ ਬਹੁਤ ਵੱਡੀ ਸਾਜਿਸ਼ ਹੈ ਜੋ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀ ਹੈ, ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ। ਔਰ ਇਹ ਸਾਰੀਆਂ ਘਟਨਾਵਾਂ ਦੀ ਨਿਖੇਧੀ ਕੀਤੀ ਜਾਂਦੀ ਹੈ ਔਰ ਇਹਦੇ ਨਾਲ ਜਿਤਨੀਆਂ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਜਾਂ ਗ੍ਰੰਥੀ ਸਿੰਘ ਨੇ, ਜਿੱਥੇ ਘਟਨਾ ਵਾਪਰਦੀ ਹੈ ਅਤੇ ਉਹ ਦੋਸ਼ੀ ਜਿਹੜਾ ਪਕੜਿਆ ਨਹੀਂ ਜਾਂਦਾ, ਫੜਿਆ ਨਹੀਂ ਜਾਂਦਾ, ਉਹਦੀਆਂ ਜ਼ਿੰਮੇਵਾਰ ਕਮੇਟੀਆਂ ਹੋਣਗੀਆਂ, ਕਮੇਟੀਆਂ ਦੇ ਉੱਤੇ ਗ੍ਰੰਥੀ ਦੇ ਉੱਤੇ ਉਹਦਾ ਕੇਸ ਦਰਜ ਕਰਵਾਇਆ ਜਾਵੇਗਾ। ਵਿਧਾਨ ਸਭਾ 'ਚ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਸੋਨਾ ਕਾਰੋਬਾਰੀਆਂ ਦਾ ਮੁੱਦਾ ਚੁੱਕਿਆ ਹੈ। ਦੱਸ ਦਈਏ ਕਈ ਦਿਨਾਂ ਤੋਂ ਕਾਰੋਬਾਰੀ ਹੜਤਾਲ 'ਤੇ ਚੱਲ ਰਹੇ ਨੇ ਅਤੇ ਵਧਾਏ ਗਏ ਟੈਕਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਸੁਨੀਲ ਜਾਖੜ ਨੇ ਸੋਨਾ ਕਾਰੋਬਾਰੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸਰਕਾਰ ਟੈਕਸ ਨੂੰ ਵਾਪਸ ਲਵੇ। ਇਸ ਤੋਂ ਇਲਾਵਾ ਉਹਨਾਂ ਨੇ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਦੀ ਮੈਡੀਕਲ ਫੀਸ ਮਾਫ਼ ਕਰਨ ਦੀ ਵੀ ਮੰਗ ਕੀਤੀ। ਉੱਧਰ ਬਠਿੰਡਾ 'ਚ ਵੀ ਸੋਨਾ ਕਾਰੋਬਾਰੀਆਂ ਸਰਕਾਰ ਖਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਕਾਰੋਬਾਰੀਆਂ ਨੇ ਬਠਿੰਡਾ 'ਚ ਲੋਕਾਂ ਦੇ ਬੂਟ ਪੋਲਿਸ਼ ਕਰਕੇ ਸਰਕਾਰ ਖਿਲਾਫ਼ ਆਪਣਾ ਗੁੱਸਾ ਕੱਢਿਆ। ਦੇਖੋ, ਪੰਜਾਬ ਦੇ ਸਵਰਣਕਾਰ ਬਿਰਾਦਰੀ ਪਿਛਲੇ ਜਿੱਦਣ ਦਾ ਬਜਟ ਪੇਸ਼ ਹੋਇਆ 2 ਹਫ਼ਤੇ ਦੇ ਕਰੀਬਨ ਹੋ ਗਿਆ, ਧਰਨੇ 'ਤੇ ਬੈਠੇ ਹੈ, ਉਹਨਾਂ ਦੇ ਕੰਮ ਦਾ ਉਹਨਾਂ ਦਾ ਨੁਕਸਾਨ ਹੋ ਹੀ ਰਿਹਾ, ਅਤੇ ਜਿਹੜੀ ਇੰਪਲੋਇਮੈਂਟ 3 ਲੱਖ ਬੰਦੇ ਡਾਇਰੈਕਟਲੀ ਇਹਦੇ ਨਾਲ ਪ੍ਰਭਾਵਿਤ ਹੈ, ਜਿਹੜੇ ਕਾਰੀਗਰ ਉਹਨਾਂ ਦੁਕਾਨਾਂ 'ਚ ਕੰਮ ਕਰਦੇ ਸੀਗੇ, ਅਤੇ ਉਹਦੇ ਨਾਲ ਨਾਲ ਜਿਹੜੇ ਛੋਟੇ ਕਿਸਾਨ ਹੈ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਪੈਨ ਕਾਰਡ ਦੀ ਰਿਕੁਆਇਰਮੈਂਟ ਸੈਂਟਰਲ ਗਵਰਨਮੈਂਟ ਨੇ ਲਾਤੀ, ਐਕਸਾਈਜ਼ ਡਿਊਟੀ ਇੱਕ ਪਾਸੇ, ਸਰਕਾਰ ਗੱਲ ਕਰ ਰਹੀ ਹੈ ਇੰਸਪੈਕਟਰੀ ਰਾਜ ਖਤਮ ਕਰ ਦਿਆਂਗੇ। ਲੁਧਿਆਣਾ 'ਚ ਕੁਝ ਔਰਤਾਂ ਨੇ ਸ਼ੋਰੂਮ 'ਚ ਦਾਖਲ ਹੋ ਕੇ ਕੱਪੜੇ 'ਤੇ ਹੱਥ ਸਾਫ਼ ਕਰ ਦਿੱਤਾ। ਹਾਈ ਪ੍ਰੋਫਾਈਲ 3 ਔਰਤਾਂ ਸ਼ਹਿਰ 'ਚ ਕੱਪੜੇ ਦੇ ਸ਼ੋਰੂਮ 'ਤੇ ਪਹੁੰਚੀਆਂ ਅਤੇ ਮਹਿੰਗਾ ਕੱਪੜਾ ਚੋਰੀ ਕਰਕੇ ਫੁਰ ਹੋ ਗਈਆਂ। ਇਹਨਾਂ ਔਰਤਾਂ ਦੀ ਇਹ ਹਰਕਤ CCTV ਕੈਮਰੇ 'ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਜਨਤਾ ਨਗਰ ਇਲਾਕੇ 'ਚ ਕੱਪੜੇ ਦੇ ਸ਼ੋਰੂਮ 'ਚ ਖਰੀਦਦਾਰੀ ਕਰਨ ਲਈ 3 ਔਰਤਾਂ ਪਹੁੰਚੀਆਂ ਸਨ। ਇਹ ਔਰਤਾਂ ਕਾਰ 'ਤੇ ਸਵਾਰ ਹੋ ਕੇ ਪਹੁੰਚੀਆਂ ਸਨ, ਜਿਸ ਕਰਕੇ ਕਿਸੇ ਨੂੰ ਵੀ ਇਹਨਾਂ 'ਤੇ ਸ਼ੱਕ ਨਾ ਹੋਇਆ। ਕੁਝ ਦੇਰ ਦੁਕਾਨ 'ਤੇ ਬੈਠ ਕੇ ਕੱਪੜਾ ਪਸੰਦ ਕਰਨ ਮਗਰੋਂ ਇਹ ਔਰਤਾਂ ਚਲੀਆਂ ਵੀ ਗਈਆਂ। ਜਦ ਇਹਨਾਂ ਦੇ ਜਾਣ ਮਗਰੋਂ ਦੁਕਾਨਦਾਰ ਨੇ ਸ਼ੱਕ ਹੋਣ ਕਾਰਨ CCTV ਦੀ ਵੀਡੀਓ ਚੈੱਕ ਕੀਤੀ ਤਾਂ ਸਭ ਦੇ ਹੋਸ਼ ਉੱਡ ਗਏ।
ਅਸਲ ਚ ਤਿੰਨ ਔਰਤਾਂ ਕੱਪੜਾ ਚੋਰੀ ਕਰਕੇ ਆਪਣੇ ਹੀ ਕੱਪੜਿਆਂ ਚ ਲੁਕਾ ਕੇ ਲੈ ਗਈਆਂ। ਉਧਰ ਪੁਲਿਸ ਮੁਤਾਬਕ ਸੀਸੀਟੀਵੀ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰਕੇ ਮੁਲਜ਼ਮ ਔਰਤਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੈਂਟਾਂ ਵਗੈਰਾ ਦਿਖਾਉਣ ਲੱਗ ਗਿਆ ਅਤੇ ਸਰ ਐਕਚੁਲੀ ਬਾਹਰ ਸੀ ਡੀਲਿੰਗ ਕਰ ਰਹੇ ਸੀ ਕਸਟਮਰ ਨੂੰ, ਦੇਖਣ ਨੂੰ ਕਾਫੀ ਹਾਈ ਪਾਈ ਸੀ, ਠੀਕ ਸੀਗਾ ਅਤੇ ਕਹਿੰਦੇ ਵੀ ਪੈਂਟਾਂ ਅਤੇ ਸ਼ਰਟਾਂ ਦਿਖਾ ਦਿਓ, ਮੈਚਿੰਗ ਕੰਟਰਾਸਟ ਕਰਵਾ ਦਿਓ। ਅਤੇ ਉਸ ਹਿਸਾਬ ਨਾਲ ਮੈਂ ਦਿਖਾਉਣ ਲੱਗ ਗਿਆ ਪੈਂਟਾਂ ਇੱਥੇ, ਅਤੇ ਪਹਿਲਾਂ 30 ਪੈਂਟ ਕੱਢੀ, ਮੈਂ ਸਾਈਡ 'ਤੇ ਹਾਲੇ ਕਰਤੀ ਪੈਂਟ, ਉਹਨਾਂ ਨੇ ਦੇਖਿਆ ਪੈਂਟ ਸਾਈਡ 'ਤੇ ਆ, ਉੱਧਰੋਂ ਇੱਕ ਸ਼ਰਟ ਕੱਢ ਕੇ ਨਾਲ ਹੀ ਲਗਾ ਲਈ। ਇਹ ਦੇਖਿਆ ਫਿਰ ਕਹਿੰਦੇ ਉਹ ਦਿਖਾ ਦੇ ਬਰਾਊਨ ਕਲਰ 'ਚ, ਮੈਂ ਬਰਾਊਨ ਕਲਰ ਕੱਢੀ ਪੈਂਟ, ਅਤੇ ਕਹਿੰਦੇ ਬਲੇਟਡ ਦਿਖਾ ਦੇ ਸ਼ਾਈਨਿੰਗ 'ਚ, ਮੈਂ ਉਹ ਕਰ ਲਈ, ਫਿਰ ਦੋ ਪੈਂਟਾਂ ਉੱਧਰੋਂ ਕਰ ਲਈਆਂ। ਜਦੋਂ ਇਹਨਾਂ ਨੂੰ ਸ਼ਾਇਦ ਸਰ ਅੰਦਰ ਆਏ, ਮੈਂ ਕਿਹਾ ਸਰ ਵੀ ਐਮ ਆਰ ਪੀ ਦੱਸੋ ਵੀ ਕਸਟਮਰ ਜਾ ਰਹੇ ਨੇ ਵੀ ਸਾਨੂੰ ਕਾਹਲੀ ਹੈ, ਕਹਿੰਦੇ ਸਰ ਕਹਿੰਦੇ 2 ਮਿੰਟ ਵੇਟ ਕਰ ਲਾ ਵੀ ਮੈਂ ਦੇ ਦਿੰਦਾ, ਸ਼ੱਕ ਜਿਹਾ ਪਿਆ ਅਤੇ ਰਿਕਾਰਡਿੰਗ ਚੈੱਕ ਕੀਤੀ ਅਤੇ ਨਾਲ ਹੀ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਚ ਆਪਸੀ ਪਿਆਰ ਵਧਾਉਣ ਲਈ ਅੰਮ੍ਰਿਤਸਰ ਲਾਹੌਰ ਫੈਸਟੀਵਲ ਦਾ ਆਗਾਜ਼ ਹੋ ਗਿਆ ਹੈ। ਇਹ ਸਾਂਝ ਮੇਲਾ ਅੰਮ੍ਰਿਤਸਰ ਅਟਾਰੀ ਸਰਹੱਦ ਦੇ ਨੇੜੇ ਪਿੰਡ ਪੂਲ ਮੋਰਾਂ ਚ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੌਰਾਨ ਭਾਰਤੀ ਤੇ ਪਾਕਿਸਤਾਨੀ ਸੂਫੀ ਕਲਾਕਾਰਾਂ ਨੇ ਪਿਆਰ ਦੇ ਕਲਾਮ ਸੁਣਾ ਕੇ ਦੋਵਾਂ ਦੇਸ਼ਾਂ ਦੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਸ਼ਾਮ 'ਚ ਖਾਸ ਤੌਰ ਤੇ ਪਾਕਿਸਤਾਨ ਤੋਂ ਆਏ ਸੂਫੀ ਗਾਇਕ ਸਾਈਂ ਹਜ਼ੂਰ ਅਹਿਮਦ ਨੇ ਦਰਸ਼ਕ ਕੀਲੀ ਰੱਖੇ। ਇਸ ਤੋਂ ਇਲਾਵਾ ਭਾਰਤੀ ਕਲਾਕਾਰ ਲਖਵਿੰਦਰ ਵਡਾਲੀ ਨੇ ਵੀ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਸਾਂਝ ਫੈਸਟੀਵਲ ਬਹੁਤ ਹੀ ਉਤਸ਼ਾਹ ਦੇ ਨਾਲ ਕਰਾਇਆ ਜਾਂਦਾ ਅੰਮ੍ਰਿਤਸਰ ਦੇ ਵਿੱਚ, ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਹਰ ਸਾਲ ਕਰਵਾਇਆ ਜਾ ਰਿਹਾ, ਔਰ ਹਿੰਦੁਸਤਾਨ ਪਾਕਿਸਤਾਨ ਦੀ ਦੋਸਤੀ ਨੂੰ ਲੈ ਕੇ ਜਿਹੜੀਆਂ ਸਪ੍ਰਿੰਗਡੇਲ ਸਕੂਲ ਵੱਲੋਂ ਔਰ ਮੈਮ ਸੰਧੂ ਹੋਰਾਂ ਵੱਲੋਂ ਇਹ ਜਿਹੜੀ ਕੋਸ਼ਿਸ਼ ਲਗਾਤਾਰ ਜਾਰੀ ਹੈ, ਔਰ ਮੈਂ ਇਸ ਚੀਜ਼ ਦੀ ਸਾਰੇ ਸਾਂਝ ਦੇ ਜਿੰਨੇ ਵੀ ਮੈਂਬਰਸ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ। ਰਾਜਧਾਨੀ 'ਚ ਇੱਕ ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ ਦਬਾਅ ਦੀ ਭਾਸ਼ਾ ਹੀ ਸਮਝਦੇ ਨੇ। ਲੈਂਡ ਬਿੱਲ ਬਾਰੇ ਬੋਲਦਿਆਂ ਰਾਹੁਲ ਨੇ ਕਿਹਾ ਕਿ ਕਾਂਗਰਸ ਦਾ ਇਸ ਬਿੱਲ ਬਾਰੇ ਪ੍ਰਧਾਨ ਮੰਤਰੀ ਤੇ ਦਬਾਅ ਹੀ ਕੰਮ ਆਇਆ ਸੀ। ਉਹਨਾਂ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਦਬਾਅ ਦੀ ਭਾਸ਼ਾ ਸਮਝਦੇ ਨੇ ਤੇ ਕਾਂਗਰਸ ਨੂੰ ਉਹਨਾਂ ਤੇ ਦਬਾਅ ਬਣਾਏ ਰੱਖਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਜੋ ਵਾਅਦੇ ਬੀਜੇਪੀ ਸੱਤਾ 'ਚ ਆਉਣ ਤੋਂ ਪਹਿਲਾਂ ਕਰਕੇ ਆਈ ਸੀ, ਉਹਨਾਂ ਵਾਅਦਿਆਂ ਦਾ ਕੀ ਬਣਿਆ? The Prime Minister came and he likes to do events. As everybody knows, wherever he goes, he has a special event. Sometimes he does not realize that these special events might insult people. So it is quite absurd that when the people of Andhra Pradesh are looking for assistance, when the people of Andhra Pradesh are looking for help in making this transition, the Andhra Pradesh reorganization, help with the Polavaram project, special status, the Prime Minister comes, he brings, of all things, he brings mud to Andhra Pradesh and he brings water to Andhra Pradesh. It shows you the mentality of the Prime Minister. In Andhra, people are struggling, people are suffering, people are asking the question, what support is the government giving us? Delhi ch isi program duran Congress pradhan Sonia Gandhi galti nal apni hi party di alochna kar gaye. Sonia Gandhi Andhra Pradesh de netavan nu sambodhan kar rahe san. Darasal Sonia Gandhi is eh kehna chahunde san ki NDA ne 2 saalan to koi kaam nahi kita, par Sonia Gandhi NDA di tha UPA bol gaye. Now as I just said, almost two have passed, we have seen nothing, no effort at all has been made by the UPA government, and I believe that you also have asked the Prime Minister for an appointment. He seems to be scared even to meet you. ਰਾਜ ਸਭਾ ਤੋਂ ਵਿਦਾਈ ਲੈ ਰਹੇ ਜਾਵੇਦ ਅਖਤਰ ਨੇ ਆਪਣੇ ਭਾਸ਼ਣ 'ਚ MIM ਮੁਖੀ ਅਜ਼ਦੁਦੀਨ ਓਵੈਸੀ ਤੇ ਨਿਸ਼ਾਨਾ ਸਾਧਿਆ। ਜਾਵੇਦ ਅਖਤਰ ਨੇ ਓਵੈਸੀ ਦੇ ਭਾਰਤ ਮਾਤਾ ਦੀ ਜੈ ਨਾ ਬੋਲਣ ਵਾਲੇ ਬਿਆਨ ਤੇ ਜਵਾਬ ਦਿੰਦਿਆਂ 3 ਵਾਰੀ ਭਾਰਤ ਮਾਤਾ ਦੀ ਜੈ ਬੋਲਿਆ। ਓਵੈਸੀ ਦਾ ਨਾਮ ਲਏ ਤੋਂ ਬਿਨਾਂ ਜਾਵੇਦ ਅਖਤਰ ਨੇ ਕਿਹਾ ਕਿ ਇੱਕ ਆਦਮੀ ਹੈ ਜਿਸ ਨੂੰ ਆਪਣੇ ਰਾਸ਼ਟਰੀ ਹੋਣ ਦਾ ਗੁਮਾਨ ਹੈ। ਉਹਨਾਂ ਨੇ ਓਵੈਸੀ ਨੂੰ ਇੱਕ ਮੁਹੱਲੇ ਦਾ ਨੇਤਾ ਵੀ ਦੱਸਿਆ। ਅਭੀ 2-3 ਦਿਨ ਪਹਿਲੇ ਇੱਕ ਸਾਹਿਬ ਹੈ ਜਿਹਨੇ ਖਿਆਲ ਹੋ ਗਿਆ
कि वो नेशनल लीडर हैं, हालांकि हकीकत यह है कि वो हिंदुस्तान की एक स्टेट आंध्रा के एक शहर हैदराबाद के एक शहर उस शहर के मोहल्ले के लीडर हैं। उन्होंने ये कहा कि वो भारत माता की जय नहीं कहना चाहते, नहीं कहेंगे, इसलिए कि संविधान उन्हें नहीं कहता, संविधान को उन्हें शेरवानी पहनने को भी नहीं कहता और टोपी लगाने को भी नहीं कहता। भारत माता की जय कहना मेरा कर्तव्य है कि नहीं, ये मैं जानना भी नहीं चाहता, इसलिए कि ये मेरा कर्तव्य नहीं, मेरा अधिकार। राज्यसभा मेंबर अते अदाकारा जया बच्चन ने देश दे एक बार फिर वनडे जान दा शक जताया है। राज्यसभा च बोलदिया जया बच्चन ने कहा कि भाषा अते धर्म दे नां ते देश एक बार फिर वंडिया जा सकदा है। उन्होंने कहा कि जिस तरह देश च संप्रदायिक घटनावां वध रहीआं ने उस नाल देश दे टुटण दा खतरा वध गया है। जया बच्चन ने कहा कि इस बार कोई विदेशी नहीं बल्कि अपने ही लोग देश नूं तोड़नगे। इस देश में फिर से विभाजन होने वाला है, वो कोई विदेशी नहीं करने वाले, हमारे देश के लोग ही करने वाले हैं, रिलीजन कास्ट की बेसिस पे ही और ऊपर से भाषा की बेसिस पे। हमारे देश में इतना बढ़िया देश जब इकट्ठा था, विदेशों को भगा दिया, अब हम किसको भगाएंगे इस देश से? अब क्या हो रहा है सर, लैंग्वेज बेसिस पे स्टेट्स को डिवाइड किया जा रहा है और सबसे तकलीफ हिंदी हार्टलैंड के जो हिंदी स्पीकिंग लेबर है जो दूसरे स्टेट में जाता, बिकॉज द स्टेट इज सो लार्ज देर इज नॉट इनफ एम्प्लॉयमेंट, दे गो लुकिंग फॉर जॉब्स टू अदर स्टेट्स एंड देर दे डू नॉट गेट जॉब्स बिकॉज दे डू नॉट स्पीक द लैंग्वेज ऑफ दैट पर्टिकुलर स्टेट। विजय माल्या ते बीजेपी च गणतुब दा इल्जाम लाउंदिया यूथ कांग्रेस ने रायसीना रोड ते वड्डा रोस प्रदर्शन कीता। कांग्रेस प्रदर्शनकारियां ने मांग कीती कि बीजेपी छेती तो छेती विजय माल्या नूं देश वापस लियाउण लई कदम चुके। इस मौके यूथ कांग्रेस वर्करां ने बीजेपी ते इल्जाम लाया कि माल्या सरकार दी सहमति नाल ही देश तो बाहर गए है। दस दिए कि बैंकां दे करीब 9,000 करोड़ दे कर्जदार विजय माल्या 2 मार्च नूं विदेश भज गए सन। पाकिस्तान के पेशावर च वड्डा बंब धमाका होया है। यह बंब धमाका एक बस च होया है। इस धमाके च करीब 15 लोगों के मारे जाने की खबर है। इस तो अलावा धमाके च 40 तो ज्यादा लोग जख्मी भी हो गए ने। धमाका पेशावर की सुनहरी मस्जिद के सामने किया गया है। जानकारी मुताबिक बंब बस की सीट के हेठा रखा गया सी। जिस वेले बंब धमाका होया तो बस च करीब 50 लोग सवार सन। हस्पताल च कई लोगों की हालत हजे भी गंभीर बनी हुई है। स्थानक 3 हस्पतालों च एमरजेंसी भी ऐलानी गई है। इक्वेडर फौज का एक जहाज हादसाग्रस्त हो गया है। इस जहाज च 22 लोग सवार सन। राष्ट्रपति राफेल कोरिया ने ट्विटर ते दस्या कि कोई नहीं बचिया, असी इस दुख की घड़ी विच सब दे नाल हां। जहाज विच सवार लोगों विचों 19 इक्वेडोर दे फौज दे जवान सी जो पैराशूटिंग दे अभ्यास लई सफर कर रहे सन। यह जहाज पूर्वी सूबे पस्ताजा विच क्रैश होया। हादसे दे कारणां दा अजे तक पता नहीं चल सकिया है। एक समाचार एजेंसी के मुताबिक जहाज विच 2 चालक अते एक मैकेनिक भी सी। इक्वेडोर दे रक्षा मंत्री अते बचा दल हादसे वाली जगह ते पहुंचे अते जांच कीती जा रही है। खबरां दे इस बुलेटिन च फिलहाल इन्ना ही। इजाजत दियो, धन्यवाद।